ਸਤਿ ਸ਼੍ਰੀ ਅਕਾਲ ਜੀ। COVID-19 ਸੰਬੰਧੀ ਜਾਣਕਾਰੀ ਸਾਂਝੀ ਕਰਨ ਦਾ ਅੱਜ 82ਵਾਂ ਦਿਨ ਹੈ ਪੰਜਾਬ ਸਰਕਾਰ ਵੱਲੋਂ। ਮੈਂ KS ਪੰਨੂ, ਸੈਕਟਰੀ ਐਗਰੀਕਲਚਰ, ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਵਿੱਚ ਟੋਟਲ ਸੈਂਪਲ ਜਿਹੜੇ ਨੇ 1,65,548 ਲਏ ਗਏ ਨੇ, ਜਿਨ੍ਹਾਂ 'ਚੋਂ ਪੋਜ਼ਿਟਿਵ 2,986 ਕੇਸ ਆਏ ਨੇ। ਇਹਨਾਂ 'ਚੋਂ 2,282 ਜਿਹੜੇ ਲੋਕ ਨੇ ਉਹ ਰਿਕਵਰ ਹੋ ਚੁੱਕੇ ਨੇ। ਐਕਟਿਵ ਕੇਸ ਹੁਣ 641 ਨੇ, ਜਿਨ੍ਹਾਂ 'ਚੋਂ ਕੇਵਲ 9 ਲੋਕ ਜਿਹੜੇ ਨੇ ਉਹ ਆਕਸੀਜਨ 'ਤੇ ਨੇ। ਇਹਨਾਂ ਵਿੱਚੋਂ 2 ਬੰਦੇ ਜਿਹੜੇ ਨੇ ਉਹ ਵੈਂਟੀਲੇਟਰ 'ਤੇ ਨੇ। ਹੁਣ ਤੱਕ 63 ਡੈਥਸ ਹੋ ਚੁੱਕੀਆਂ ਨੇ। ਅੱਜ ਪੰਜਾਬ ਦੇ ਵਿੱਚ ਜਿਹੜੇ ਲਗਭਗ 9,000 ਲਏ ਗਏ ਸੈਂਪਲ 'ਚੋਂ 99 ਲੋਕ ਜਿਹੜੇ ਨੇ ਉਹ ਪੋਜ਼ਿਟਿਵ ਆਏ ਨੇ ਇਸ ਲਾਗਦੀ ਬਿਮਾਰੀ ਨਾਲ। ਸੋ ਇਹਦੇ ਬਾਰੇ ਸੁਚੇਤ ਰਹਿਣ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ। ਜੋ ਸਰਕਾਰ ਦੀਆਂ ਹਦਾਇਤਾਂ ਨੇ, ਜੋ ਡਾਕਟਰਾਂ ਦੀਆਂ ਹਦਾਇਤਾਂ ਨੇ, ਉਹ ਸਾਨੂੰ ਮੰਨਣੀਆਂ ਪੈਣਗੀਆਂ। ਇਕੱਠ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੋਂ ਪਰਹੇਜ਼ ਕਰੋ, ਹੱਥ ਧੋਵੋ, ਮਾਸਕ ਪਹਿਨੋ ਅਤੇ ਆਪਸੀ ਦੂਰੀ ਨੂੰ ਕਾਇਮ ਰੱਖੋ। ਕਰੋਨਾ ਨੂੰ ਹਰਾਉਣ ਲਈ ਮਿਸ਼ਨ ਫਤਿਹ ਜੋ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ, ਉਹਦਾ ਸਾਥ ਦਿੱਤਾ ਜਾਵੇ। ਧੰਨਵਾਦ।